بولے سونے حال ساس بھی اکال خالصہ واہگرو جی کی فتح. امرت پیو سدا ترجیب ہو ہر سمرت اند اننتا رنگ تماشا پورن آسا کبھی نہ بیا پہ چنتا. آکال چینل دے سروتیو اسی آپ جی دے سن مخادر ہوئے ہیں پروگرام لے کے سو امرت گرتے پایا. آج اس پروگرام وچ میرے نال اتی سلکار جوگ سری امرتسر صاحب تو آئے سو سری منجی صاحب جی دے کتھا واجک گیانی جگدیو سنگھ جی جنہاں نوں اسی جی آیا کہنے ہاں تے آپ جی تو اسیس منگدیا ہویا سو سکھ نوں حکم ہے جدو اسی آپس وچ ملدے ہاں تے اپنے گرو پتا نوں یاد کردیا ہویا شہید پتا دے سپتر شہید سپتراں دے پتا تن تن صاحب سری گرو گوبند سنگھ مہاراج سچے پاتشاہ جی دا بلند کیتا ہوئی جو فتح ہے. آؤ سارے اسیس دیو تے گج کے آکھو جی واہگرو جی کا خالصہ واہگرو جی کی فتح. سو گرو سواری ساتھ سنگھ جی آپ جی جانتے ہو جدوں تو پہلی ستمبر 2013 تو اس اکال چینل کی شروعات ہوئی جتھے ہور آپ جی اس چینل تو گرمت دے سو گربانی دے اتھاہ جو گربانی کتھا کیرتن تے سری ہنڈ پر صاحب سہج پاٹھ سکھمنی صاحب جی دے پاٹھ نرنتر 24 آور آپ جی اس تو گرمت دا پرچار سربن کردے ہو. جو بھائی گرداس جی نے فرمایا سی کر کرے اندر دھرمسال ہووے کیرتن سدا وسو. اج ਬੜੀ ਬਖਸ਼ਿਸ਼ ਮਾਰਗ ਦੀ ਕੀਰਤਨ ਤਾਂ ਹਰਿਮੰਦਰ ਸਾਹਿਬ ਹੋ ਰਿਹਾ ਹੁੰਦਾ ਤਾਂ ਅਸੀਂ ਘਰਾਂ ਦੇ ਵਿੱਚ ਬੈਠੇ ਸੁਣ ਰਹੇ ਹੁੰਦੇ ਹਾਂ ਗਿਆਨੀ ਜੀ. ਵੇਖੋ ਕਿੱਡੀ ਬਖਸ਼ਿਸ਼ ਹੋ ਗਈ ਮਹਾਰਾਜ ਦੀ ਅਤੇ ਘਰ ਘਰ ਅੰਦਰ ਧਰਮਸਾਲ ਬਣ ਗਈ ਨਾ. ਅਤੇ ਸੋ ਮੈਂ ਗਿਆਨੀ ਜੀ ਆਪ ਜੀ ਨੂੰ ਵੀ ਦੱਸਣਾ ਚਾਹਾਂਗਾ ਤਕਰੀਬਨ ਇਹ 4 ਸਾਲ ਹੋ ਗਏ ਜੀ ਜਦੋਂ ਤੋਂ ਇਹ ਅਕਾਲ ਚੰਨ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਹੈ. ਅਤੇ ਇਸ ਦੀ ਸ਼ੁਰੂਆਤ ਵੀ ਮਹਾਰਾਜ ਮੀਰੀ ਭਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਕੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਕੇ ਅਤੇ ਸਿੰਘ ਸਾਹਿਬ ਨੇ ਆਪ ਅਰਦਾਸ ਕਰਕੇ ਇਸ ਦੀ ਸ਼ੁਰੂਆਤ ਕੀਤੀ ਗਈ. ਅਤੇ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਜਿੱਥੇ ਹੋਰ ਪ੍ਰੋਗਰਾਮ ਚੱਲ ਰਹੇ ਨੇ ਨਾ ਉੱਥੇ ਜਦੋਂ ਤੋਂ ਇਹ ਅਕਾਲ ਚੰਨ ਚਲਾਇਆ ਗਿਆ ਇੱਕ ਪ੍ਰੋਗਰਾਮ ਚਲਾਇਆ ਗਿਆ ਸੋ ਅੰਮ੍ਰਿਤ ਗੁਰ 'ਤੇ ਪਾਇਆ. ਸਤਿਗੁਰੂ ਜੀ ਦੀ ਬੜੀ ਬਖਸ਼ਿਸ਼ ਹੋਈ ਗਿਆਨੀ ਜੀ. ਵੇਖੋ ਆਪਾਂ ਗੁਰੂ ਘਰ ਵਿੱਚ ਬੈਠ ਕੇ ਕੋਈ 40-50-100 ਬੰਦੇ ਨੂੰ ਆਪਾਂ ਕਥਾ ਕਰ ਰਹੇ ਹਾਂ ਪ੍ਰਚਾਰ ਕਰ ਰਹੇ ਹਾਂ 106 ਮੁਲਕਾਂ ਵਿੱਚ ਹੁਣ ਆਪਾਂ ਜੋ ਗੱਲ ਕਰ ਰਹੇ ਹਾਂ ਸੰਗਤਾਂ ਦੇਖ ਰਹੀਆਂ ਨੇ. ਅਤੇ ਸਤਿਗੁਰੂ ਦੀ ਇੰਨੀ ਕਿਰਪਾ ਹੋਈ ਕਈ ਗੁਰੂ ਘਰਾਂ ਵਿੱਚ ਕਿੰਨੇ ਕਿੰਨੇ ਸਾਲ ਹੋ ਗਏ ਸੀ ਅੰਮ੍ਰਿਤ ਸੰਚਾਰ ਨਹੀਂ ਹੋਇਆ ਜੋ ਸਤਿਗੁਰੂ ਜੀ ਨੇ ਆਪ ਕਿਰਪਾ ਕੀਤੀ. ਅਤੇ ਜੋ ਅੱਜ ਇੱਕ ਅਕਾਲ ਅੰਮ੍ਰਿਤ ਸੰਚਾਰ ਲਹਿਰ ਬਣ ਕੇ UK ਯੂਰਪ ਅਤੇ ਇੰਡੀਆ ਦੇ ਵਿੱਚ ਪੰਜਾਬ ਦੀ ਧਰਤੀ ਜਾ ਕੇ ਵੀ ਇਹ ਸੇਵਾ ਸਤਿਗੁਰੂ ਜੀ ਲੈ ਰਹੇ ਨੇ. ਅਤੇ ਸਭ ਤੋਂ ਪਹਿਲਾਂ ਸੋ ਮੈਂ ਆਪ ਜੀ ਨੂੰ ਜੀ ਆਇਆਂ ਕਹਿੰਦਾ ਹੋਇਆ ਆਪ ਜੀ ਤੋਂ ਪੁੱਛਣਾ ਚਾਹਾਂਗਾ ਜੋ ਅੱਜ ਮੀਡੀਆ ਰਾਹੀਂ ਇਹ ਚੈਨਲ ਰਾਹੀਂ ਇਹ ਪ੍ਰਚਾਰ ਹੋ ਰਿਹਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਗਿਆਨੀ ਜਗਦੇਵ ਸਿੰਘ ਜੀ ਸੋ ਕਥਾਵਾਚਕ ਸ੍ਰੀ ਅੰਮ੍ਰਿਤਸਰ ਸਾਹਿਬ ਮੰਜੀ ਸਾਹਿਬ. ਵੀਰ ਗੁਰਮੀਤ ਸਿੰਘ ਜੀ ਆਪ ਜੀ ਦਾ ਇਹ ਜਿਹੜਾ ਉਦਮ ਹੈ ਅਕਾਲ ਅੰਮ੍ਰਿਤ ਸੰਚਾਰ ਲਹਿਰ ਆਰੰਭ ਕੀਤੀ ਹੈ ਔਰ ਵੱਖ ਵੱਖ ਦੇਸ਼ਾਂ ਦੇ ਵਿੱਚ ਗੁਰਸਿੱਖ ਅੰਮ੍ਰਿਤਧਾਰੀ ਹੋ ਰਹੇ ਨੇ. ਇਹ ਸਾਰਾ ਕਾਰਜ ਸ਼ਲਾਘਾਯੋਗ ਹੈ, ਜਿਹਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਉਹ ਘੱਟ ਹੈ, ਕਿਉਂਕਿ ਅੰਮ੍ਰਿਤ ਛਕਣਾ ਸਿੱਖ ਧਰਮ ਦੇ ਵਿੱਚ ਐਡਮਿਸ਼ਨ ਹੈ, ਦਾਖਲਾ ਹੈ. ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੁਦ ਵੀ ਅੰਮ੍ਰਿਤ ਛਕਿਆ, ਉਹ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ. ਵਾਹ ਜੀ ਵਾਹ. ਤਾਂ ਹੀ ਉਹਨਾਂ ਨੂੰ ਇਤਿਹਾਸ ਨੇ ਕਥਨ ਕੀਤਾ ਹੈ ਕਿ ਵਹਿ ਪ੍ਰਗਟਿਓ ਮਰਦਾ ਗੰਬੜਾ ਵਰੀਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ. ਵਾਹ ਜੀ ਵਾਹ. ਉਹ ਗੁਰੂ ਵੀ ਆਪ ਨੇ, ਉਹ ਚੇਲੇ ਵੀ ਆਪ ਨੇ. ਅੰਮ੍ਰਿਤ ਛਕਣਾ ਹਰ ਗੁਰਸਿੱਖ ਲਈ ਲਾਜ਼ਮੀ ਹੈ. ਗੁਰੂ ਸਾਹਿਬ ਦਾ ਬਾਣੀ ਦੇ ਵਿੱਚ ਥਾਂ ਪਰ ਥਾਂ 'ਤੇ ਇਸ ਸੰਬੰਧੀ ਹੁਕਮ ਵੀ ਮਿਲਦੇ ਨੇ ਕਿ ਜੋ ਗੁਰੂ ਦੇ ਮੰਤਰ ਤੋਂ ਹੀਣ ਪ੍ਰਾਣੀ ਹੈ ਉਹਨੂੰ ਸਤਿਗੁਰੂ ਜੀ ਨੇ ਫਿਟਕਾਰਾਂ ਵੀ ਪਾਈਆਂ ਨੇ. ਗੁਰਮੰਤਰ ਹੀਨਸ ਜੋ ਪ੍ਰਾਣੀ ਤਰਗੰਤ ਜਨਮ ਭ੍ਰਸ਼ਟ ਨੈ ਕੁੱਕਰ ਹੈ ਸੁਕਰ ਹੈ ਗਰਦਭ ਹੈ ਕਾਕ ਹੈ ਸਰਪਣੇ ਧੁਲਖਲ ਹੈ. ਤੋ ਅੰਮ੍ਰਿਤ ਛਕਣ ਵਾਸਤੇ ਜੋ ਅਕਾਲ ਚੈਨਲ ਵੱਲੋਂ ਲਹਿਰ ਚਲਾਈ ਗਈ ਹੈ ਉਹਦੀ ਮੈਂ ਭਰਪੂਰ ਸ਼ਲਾਘਾ ਕਰਦਾ ਹਾਂ, ਤਾਰੀਫ ਕਰਦਾ ਹਾਂ. ਤੁਸੀਂ ਕਿੰਨਾ ਸੋਹਣਾ ਕਿਹਾ ਜੋ ਸਲੋਕ ਸਹਿਸਕ੍ਰਿਤੀ ਵਿੱਚੋਂ 1356 ਅੱਗ ਤੋਂ ਆਪ ਜੀ ਨੇ ਸ਼ਬਦ ਪੜ੍ਹ ਰਹੇ ਸੀ ਗੁਰਮੰਤਰੀ ਨਸ ਹੈ ਜੋ ਪ੍ਰਾਣੀ ਤ੍ਰਗੰਤ ਜਨਮ ਭ੍ਰਸ਼ਟ ਨੇ, ਜਿਹੜੀਆਂ ਤ੍ਰਗੰਤ ਜੂਨਾਂ ਨੇ ਭ੍ਰਿਸ਼ਟੀਆਂ ਹੋਈਆਂ ਨੇ, ਕੂਕਰ ਹੈ ਸੂਕਰ ਹੈ ਗਰਦਬ ਹੈ ਕੱਕ ਹੈ ਸਰਪਣ ਹੈ ਤੁਰਖਲ ਹੈ, ਭਾਵ ਇਨਸਾਨ ਹੁੰਦਿਆਂ ਹੋਇਆ ਵੀ ਉਹਨਾਂ ਦੇ ਬਰਾਬਰ ਹੈ. ਹਾਂਜੀ, ਇਸ ਵਾਸਤੇ ਹਰ ਸਿੱਖ ਵਾਸਤੇ ਲਾਜ਼ਮੀ ਹੈ ਗੁਰੂ ਵਾਲਾ ਬਣਨਾ.
ਸੋ ਮੈਂ ਇਸ ਗੱਲ ਨੂੰ ਅੱਗੇ ਤੁਰਨ ਤੋਂ ਪਹਿਲਾਂ ਗਿਆਨੀ ਜੀ ਤੁਸੀਂ ਸਾਡੇ ਕੋਲ ਸੋ ਚੈਨਲ 'ਤੇ ਆਏ ਹੋ, ਇੰਗਲੈਂਡ ਦੀ ਧਰਤੀ 'ਤੇ ਆਏ ਹੋ, ਆਪ ਜੀ ਸ਼੍ਰੀ ਦਰਬਾਰ ਸਾਹਿਬ ਮੰਜੀ ਸਾਹਿਬ ਹਾਲ ਵਿੱਚ ਸੋ ਕਥਾ ਵੀ ਆਪ ਜੀ ਦੀ ਸੁਣੀ ਦੀ ਹੈ, ਅਤੇ ਮੈਂ ਥੋੜ੍ਹਾ ਜਿਹਾ ਤੁਹਾਡੇ ਬਾਰੇ ਸੰਗਤਾਂ ਨੂੰ ਆਪਾਂ ਦੱਸ ਦੇਈਏ, ਤੁਹਾਨੂੰ ਕਿੰਨੇ ਸਾਲ ਹੋ ਗਏ ਜੀ ਦਰਬਾਰ ਸਾਹਿਬ ਮੰਜੀ ਸਾਹਿਬ ਕਥਾ ਕਰਦਿਆਂ ਨੂੰ? ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਦੇ ਨਾਲ 2002 ਦੇ ਵਿੱਚ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਭਰਤੀ ਹੋਇਆ ਸੀ। ਠੀਕ ਹੈ ਜੀ। ਅਤੇ 2012 ਤੋਂ ਮੰਜੀ ਸਾਹਿਬ ਦੀਵਾਨ ਹਾਲ ਦੇ ਅੰਦਰ ਸੰਗਤਾਂ ਦੇ ਨਾਲ ਕਥਾ ਵਿਚਾਰ ਦੀ ਸਾਂਝ ਗੁਰੂ ਸਾਹਿਬ ਜੀ ਆਪ ਕਿਰਪਾ ਕਰਕੇ ਲੈ ਰਹੇ। ਪਹਿਲਾਂ ਕੋਈ ਹੋਰ ਡਿਊਟੀ ਕਰਦੇ ਰਹੇ ਆਪ ਜੀ? ਪਹਿਲਾਂ ਮੇਰੀ ਡਿਊਟੀ ਪ੍ਰਚਾਰਕ ਵਜੋਂ ਸੀ, ਜੋ ਪੰਜਾਬ ਜਾਂ ਹਿੰਦੁਸਤਾਨ ਦੇ ਵੱਖ ਵੱਖ ਪ੍ਰਾਂਤਾਂ ਦੇ ਵਿੱਚ ਸੀ। ਠੀਕ ਹੈ ਜੀ। 2012 ਤੋਂ ਮੈਂ ਦਰਬਾਰ ਸਾਹਿਬ ਸੇਵਾ ਕਰ ਰਿਹਾ ਹਾਂ ਕਥਾਵਾਚਕ ਵਜੋਂ। ਕਥਾਵਾਚਕ ਦੀ ਮੰਜੀ ਸਾਹਿਬ, ਹੋਰ ਵੀ ਤੁਸੀਂ ਪਿੰਡਾਂ ਵਿੱਚ ਜਾ ਕੇ ਵੀ ਪ੍ਰਚਾਰ ਕਰਦੇ ਹੋਗੇ? ਹਾਂਜੀ ਵੀਰ ਜੀ, ਉਹ ਮੈਂ ਵੱਖ ਵੱਖ ਪਿੰਡਾਂ ਦੇ ਵਿੱਚ ਜਾ ਕੇ ਜਿਵੇਂ ਸਿੱਖੀ ਸਰੂਪ ਮੇਰਾ ਅਸਲੀ ਰੂਪ, ਸਾਡਾ ਅਸਲੀ ਸਰੂਪ ਹੈ ਇਹ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਖਾਲਸਾ ਹੀ ਬਖਸ਼ਿਆ ਹੈ, ਜਿਹਦੇ ਬਾਰੇ ਸਤਿਗੁਰੂ ਨੇ ਕਿਹਾ ਸੀ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੁਣ ਕਰੋ ਨਿਵਾਸ। ਉਸ ਸੰਬੰਧੀ ਸਕੂਲਾਂ ਵਿੱਚ ਕਾਲਜਾਂ ਵਿੱਚ ਜਾ ਕੇ ਮੋਰਨਿੰਗ ਅਸੈਂਬਲੀ ਵਿੱਚ ਬੱਚਿਆਂ ਨੂੰ ਪ੍ਰੇਰਨਾ ਕਰੀਦੀ ਹੈ। ਠੀਕ ਹੈ। ਔਰ ਇਸ ਪ੍ਰੇਰਨਾ ਦਾ ਇੰਨਾ ਸਾਰਥਿਕ ਲਾਭ ਹੋਇਆ ਕਿ ਪਿਛਲੇ ਸਮੇਂ ਵਿੱਚ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ 16,500 ਬੱਚੇ ਨੇ ਕੇਸ ਰੱਖ ਲਿਆ। ਅੱਛਾ, ਇਹ ਤੁਸੀਂ ਤੁਹਾਡੇ ਨਾਲ ਹੋਰ ਵੀ ਹੋਣਗੇ ਜਿਹੜੇ ਕਥਾਵਾਚਕ ਜਿਹੜੇ ਸੇਵਾ ਨਾਲ ਨਿਭਾ ਰਹੇ ਨੇ? ਹਾਂਜੀ, ਇਸ ਵੇਲੇ ਮੈਨੂੰ ਸ਼੍ਰੋਮਣੀ ਕਮੇਟੀ ਸ੍ਰੀ ਦਰਬਾਰ ਸਾਹਿਬ ਵੱਲੋਂ ਹੈੱਡ ਪ੍ਰਚਾਰਕ ਦੀ ਸੇਵਾ ਮਿਲੀ ਹੋਈ ਹੈ, ਅਤੇ ਮੇਰੇ ਨਾਲ ਸਹਿਯੋਗ ਕਰਨ ਵਾਸਤੇ ਮੇਰੇ ਨਾਲ ਪ੍ਰਚਾਰਕ ਵੀਰਾਂ ਦੀ ਇੱਕ ਟੀਮ ਚੱਲਦੀ ਹੈ। ਵਾਹ ਜੀ ਵਾਹ। ਜਿਹੜਾ ਹਰ ਥਾਂ 'ਤੇ ਮੇਰਾ ਸਹਿਯੋਗ ਕਰਦੇ ਨੇ। ਠੀਕ ਹੈ। ਉਹਨਾਂ ਸਾਰਿਆਂ ਦੇ ਉਦਮ ਦੇ ਸਦਕਾ ਇਹ ਸੰਭਵ ਹੋਇਆ। ਕਾਲਜ ਸਕੂਲਾਂ ਵਿੱਚ ਜਾ ਕੇ, ਪਿੰਡਾਂ ਵਿੱਚ ਜਾ ਕੇ ਤੁਸੀਂ ਪ੍ਰੋਗਰਾਮ ਰੱਖ ਕੇ ਫਿਰ ਨਾਲ ਅੰਮ੍ਰਿਤ ਸੰਚਾਰ ਵੀ ਕਰਾਉਂਦੇ ਹੋ ਆਪ ਜੀ? ਹਾਂਜੀ, ਪੰਜਾਬ ਦੇ ਵਿੱਚ ਜਿੱਥੇ ਵੀ ਗੁਰਮਤਿ ਸਮਾਗਮ ਕੀਤੇ ਜਾਂਦੇ ਨੇ ਉੱਥੇ ਧਰਮ ਪ੍ਰਚਾਰ ਦੇ ਤਹਿਤ ਅੰਮ੍ਰਿਤ ਸੰਚਾਰ ਦੀ ਲਹਿਰ ਵਿੱਚ ਤੁਰੀ ਜਾਂਦੀ ਹੈ। ਔਰ ਜਦੋਂ ਤੋਂ ਮੈਂ ਦੇਖ ਰਿਹਾ ਹਾਂ 2012 ਤੋਂ ਲੈ ਕੇ ਅੱਜ ਤੱਕ, ਜੇ ਟੋਟਲ ਕੈਲਕੂਲੇਸ਼ਨ ਕੀਤੀ ਜਾਵੇ ਤਾਂ 1,00,000 ਤੋਂ ਵੱਧ ਪ੍ਰਾਣੀ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਅੰਮ੍ਰਿਤਧਾਰੀ ਹੋ ਚੁੱਕੇ ਨੇ। ਵਾਹ ਜੀ ਵਾਹ, ਠੀਕ ਹੈ। ਹਾਂਜੀ, ਜੋ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਚਾਰ ਆਰੰਭਿਆ ਗਿਆ, ਹੁਣ ਮੇਰਾ ਖਿਆਲ ਥੋੜ੍ਹਾ ਜਿਹਾ ਵਧਾਇਆ ਹੋਇਆ, ਹੋਰ ਕਾਫੀ ਖਬਰਾਂ 'ਚ ਵਿੱਚ ਆਉਂਦਾ ਵੀ ਪਿੰਡਾਂ ਦੇ ਵਿੱਚ ਕਾਫੀ ਇਸ ਲਹਿਰ ਨੂੰ ਤੇਜ਼ ਕੀਤਾ ਹੋਇਆ। ਇਸ ਵੇਲੇ ਜਦੋਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਕਿਰਪਾਲ ਸਿੰਘ ਜੀ ਬਡੂੰਗਰ ਆਏ ਨੇ, ਉਹਨਾਂ ਦੇ ਮਨ ਦੇ ਵਿੱਚ ਕਾਫੀ ਸਪਿਰਿਟ ਹੈ ਧਰਮ ਪ੍ਰਚਾਰ ਦੇ ਪ੍ਰਤੀ। ਇਸ ਸੰਬੰਧੀ ਉਹਨਾਂ ਨੇ ਵੱਖ ਵੱਖ ਧਰਮ ਪ੍ਰਚਾਰ ਲਹਿਰਾਂ ਸ਼ੁਰੂ ਕੀਤੀਆਂ ਨੇ, ਜੋ ਮਾਝੇ ਅੰਦਰ, ਮਾਲਵੇ ਅੰਦਰ, ਦੁਆਬੇ ਅੰਦਰ, ਹਿਮਾਚਲ ਦੇ ਅੰਦਰ, ਇਸੇ ਤਰੀਕੇ ਨਾਲ ਹਰਿਆਣੇ ਦੇ ਅੰਦਰ ਇਸ ਧਰਮ ਪ੍ਰਚਾਰ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ। ਠੀਕ ਹੈ, ਠੀਕ ਹੈ। ਸੋ ਹੁਣ ਮੈਂ ਗਿਆਨੀ ਜੀ ਆਪ ਜੀ ਨੂੰ ਪੁੱਛਣਾ ਚਾਹਾਂਗਾ, ਜੋ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹਰ ਇਨਸਾਨ ਵਾਸਤੇ ਕਈ ਗੁਰਮੁਖ ਪਿਆਰੇ ਜਿਹੜੇ ਸਾਡੇ ਅੱਜ ਸਿੱਖੀ ਤੋਂ ਥੋੜ੍ਹਾ ਜਿਹਾ ਦੂਰ ਚਲੇ ਗਏ ਜਾਂ ਪਤਿਤ ਹੋ ਗਏ ਨੇ, ਜਦੋਂ ਉਹਨਾਂ ਨੂੰ ਆਪਾਂ ਇਸ ਗੱਲ ਬਾਰੇ ਕਹਿੰਦੇ ਹਾਂ, ਤੁਸੀਂ ਵੀ ਪਿੰਡਾਂ ਵਿੱਚ ਜਾਂਦੇ ਹੋ, ਤੁਹਾਨੂੰ ਵੀ ਇਹ ਗੱਲ ਤੁਹਾਡੇ ਸਾਹਮਣੇ ਆਉਂਦੀ ਹੋਊਗੀ, ਅਤੇ ਉਹ ਇਹ ਗੱਲ ਕਹਿੰਦੇ ਮਿਲਦੇ ਆ ਵੀ ਕੀ ਵੀ ਦਾੜੀ ਕੇਸ ਰੱਖਣੇ ਜ਼ਰੂਰੀ ਨੇ, ਸਾਡੇ ਤਾਂ ਅੰਦਰ ਹੀ ਸਿੱਖੀ ਹੈ ਜਾਂ ਸਾਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ, ਸਾਡਾ ਮਨ ਸਾਫ਼ ਹੈ, ਅਤੇ ਇਹ ਜਾਂ ਇਹ ਗੱਲ ਕਹਿੰਦੇ ਵੀ ਅਸੀਂ ਤਾਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ, ਇਹ ਅੰਮ੍ਰਿਤਾ ਦਸਵੇਂ ਪਾਤਸ਼ਾਹ ਨੇ ਛਕਾਇਆ ਸੀ, ਪਹਿਲੇ ਗੁਰੂ ਸਾਹਿਬਾਨਾਂ ਦੇ ਸਿੱਖ ਹਾਂ, ਇਹ ਥੋੜ੍ਹਾ ਜਿਹਾ ਸੰਗਤਾਂ ਨੂੰ ਦੱਸਣਾ ਕਰੋ ਵੀ ਕਿੰਨਾ ਕੁ ਜ਼ਰੂਰੀ ਹੈ, ਜਿਵੇਂ ਤੁਸੀਂ ਪਹਿਲਾਂ ਬਚਨ ਕਿਹਾ ਸੀ। ਬਿਲਕੁਲ ਵੀਰ ਜੀ, ਉਹ ਜਿਸ ਤਰ੍ਹਾਂ ਦੀਆਂ ਦਲੀਲਾਂ ਆਮ ਲੋਕ ਦਿੰਦੇ ਨੇ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਹਾਂ ਜੀ, ਪਰ ਅਸਲ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੇ ਸ਼ੁਰੂ ਤੋਂ ਹੀ ਇਹ ਜਿਹੜੀ ਮਰਿਆਦਾ ਹੈ ਕਾਇਮ ਕਰ ਦਿੱਤੀ ਸੀ ਸਿੱਖੀ ਸਰੂਪ ਵਾਲੀ। ਅੱਛਾ। ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਕੋਲ ਆਏ, ਭਾਈ ਮਰਦਾਨਾ ਜੀ ਕੋਲ ਆਏ, ਅਤੇ ਸਤਿਗੁਰੂ ਜੀ ਨੇ ਇਹੀ ਕਿਹਾ ਸੀ ਕਿ ਭਾਈ ਮਰਦਾਨਾ ਜੀ, ਪਹਿਲੀ ਗੱਲ ਹੈ ਕਿ ਕੇਸ ਨਹੀਂ ਕਟਾਉਣੇ, ਵਾਹ ਜੀ ਵਾਹ, ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਸਿਮਰਨ ਕਰਨਾ, ਅਤੇ ਤੀਸਰੀ ਗੱਲ ਸੀ ਕਿ ਆਏ ਗਏ ਲੋੜਵੰਦ ਦੀ ਸਹਾਇਤਾ ਕਰਨੀ, ਤੋ ਉਹਨਾਂ ਵਿੱਚ ਜ਼ਰੂਰੀ ਜਿਹੜੀ ਕਾਰਜ ਹੈ ਉਹ ਹੈ ਕੇਸ ਨਹੀਂ ਕਟਾਉਣੇ। ਕੇਸਾਂ ਦੇ ਨਾਲ ਹੀ ਸਾਨੂੰ ਲੋਕ ਰਿਸਪੈਕਟ ਦਿੰਦੇ ਨੇ, ਸਾਨੂੰ ਸਰਦਾਰ ਜੀ ਕਹਿੰਦੇ ਨੇ, ਵਾਹ ਜੀ ਵਾਹ, ਜਾਂ ਇੱਧਰ ਵਿਦੇਸ਼ਾਂ ਦੇ ਵਿੱਚ ਮਿਸਟਰ ਸਿੰਘ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ। ਔਰ ਜੇਕਰ ਜੇ ਅਸੀਂ ਕੇਸ ਕਟਾਏ ਹੋਣਗੇ, ਲੋਕ ਬਾਊ ਜੀ ਸਤਿਕਾਰ ਦੇਣ ਲਈ, ਭਈਆ ਜੀ, ਲਾਲਾ ਜੀ ਤੇ ਕਹਿ ਦੇਣਗੇ, ਪਰ ਸਰਦਾਰ ਜੀ ਨਹੀਂ ਕਹਿਣਗੇ। ਬੜੀ ਸੋਹਣੀ ਤੁਸੀਂ ਗੱਲ ਕੇਸਾਂ ਦੀ ਕਰ ਰਹੇ ਹੋ, ਜਿਵੇਂ ਕੇਸ ਤਾਂ ਮੇਰਾ ਖਿਆਲ ਹਰ ਧਰਮ ਵਿੱਚ ਹੀ ਰੱਖਣੇ ਜ਼ਰੂਰੀ ਸੀਗੇ, ਪਹਿਲਾਂ ਤੁਸੀਂ ਤਾਂ ਕਾਫੀ ਇਸ ਬਾਰੇ ਤੁਹਾਨੂੰ ਨੌਲੇਜ ਹੈ ਵੀ ਕਿਸੇ ਧਰਮ ਵਿੱਚ ਵੀ ਕੇਸ ਕੱਢਣ ਦੀ ਇਜਾਜ਼ਤ ਨਹੀਂ। ਹੁਣ ਆਪਾਂ ਜਿੰਨੇ ਵੀ ਪਿਛਲੇ ਮਹਾਂਪੁਰਸ਼ ਰਿਸ਼ੀ ਮੁਨੀ ਹੋਏ ਆ, ਆਪਾਂ ਕੋਈ ਵੀ ਲੈ ਲਈਏ, ਉਹ ਸਾਰੇ ਕੇਸਾਂ ਧਾਰੀ ਹੋਏ ਨੇ। ਹਜ਼ਰਤ ਮੁਹੰਮਦ ਸਾਹਿਬ ਇਸਲਾਮ ਧਰਮ ਦੇ ਬਾਨੀ ਹੋਏ ਜੀ, ਉਹ ਵੀ ਕੇਸਾਂ ਧਾਰੀ ਨੇ। ਹਾਂ, ਹਜ਼ਰਤ ਈਸਾ ਜੀ
ਈਸਾਈ ਧਰਮ ਦੇ ਬਾਨੀ ਹੋਏ, ਉਹ ਵੀ ਕਿੱਸਾਧਾਰੀ ਆ। ਸ੍ਰੀ ਰਾਮ ਚੰਦਰ ਜੀ, ਸ੍ਰੀ ਕ੍ਰਿਸ਼ਨ ਜੀ, ਜਿਨ੍ਹਾਂ ਜਿਨ੍ਹਾਂ ਦਾ ਵੀ ਆਪਾਂ ਜ਼ਿਕਰ ਕਰਾਂਗੇ ਸਾਰੇ ਹੀ ਕਿੱਸਾਧਾਰੀ ਹੋਏ ਨੇ, ਜਾਂ ਸ਼ਿਵ ਜੀ ਕੋਈ ਵੀ ਲੈ ਲਓ ਸਾਰੇ ਜਟਾਂ। ਔਰ ਬਾਣੀ ਦੇ ਵਿੱਚ ਤੇ ਪਰਮਾਤਮਾ ਨੂੰ ਦੱਸਿਆ ਹੀ ਕਿੱਸਾਧਾਰੀ ਸਰੂਪ ਵਾਲਾ ਹੈ ਕਿ ਤੇਰੇ ਬੰਕੇ ਲੋਇਨ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਹਾਂਜੀ, ਮਾਲਕ ਆਪ ਵੀ ਠੀਕ ਹੈ, ਇਹ ਬੜੀ ਸੋਹਣੀ ਤੁਸੀਂ ਠੀਕ ਹੈ। ਹੋਰ ਥੋੜ੍ਹਾ ਜਿਹਾ ਵਿਸਥਾਰ ਨਾਲ ਸੰਗਤਾਂ ਨੂੰ ਦੱਸ ਦਿਓ ਵੀ ਜਿਹੜੇ ਅਸੀਂ ਕਹਿੰਦੇ ਨੇ ਸਿੱਖ ਨੂੰ ਤਾਂ ਹੈ ਹੀ ਇਹ ਗੁਰੂ ਦਾ ਹੁਕਮ, ਪਰ ਹਰ ਧਰਮ 'ਚ ਕੋਈ ਵੀ ਧਰਮ ਇਜਾਜ਼ਤ ਨਹੀਂ ਦਿੰਦਾ। ਇਹ ਕੁਝ ਸਮਾਂ ਪਹਿਲਾਂ ਕੋਈ ਐਸਾ ਮਤਲਬ ਕਿ ਰਿਵਾਜ਼ ਚੱਲਿਆ, ਜਦੋਂ ਕਿਸੇ ਬੰਦੇ ਨੇ ਕੋਈ ਐਸਾ ਕਰਮ, ਮਾੜਾ ਕਰਮ ਕਰ ਦਿੱਤਾ, ਉਹਨੂੰ ਸਜ਼ਾ ਇਉਂ ਸਮਝ ਲਓ ਵੀ ਇੱਕ ਫਾਂਸੀ ਦੀ ਲਾਈ ਜਾਣੀ ਹੈ, ਅਤੇ ਇਹ ਮੁਕਰਰ ਕੀਤਾ ਗਿਆ ਵੀ ਚਲੋ ਇਹਨੂੰ ਫਾਏ ਨਾ ਲਾਓ, ਇਹਦੇ ਕੇਸ ਹੀ ਕਤਲ ਕਰ ਦਿਓ, ਇਹੋ ਗੱਲ ਹੀ ਹੈ ਜੀ। ਬਿਲਕੁਲ ਵੀਰ ਜੀ, ਉਹ ਜਿਹੜੇ ਗੈਰ ਸਿੱਖ ਵੀ ਨੇ ਉਹ ਵੀ ਕੇਸਾਂ ਦੀ ਮਹਾਨਤਾ ਤੋਂ ਪ੍ਰਭਾਵਿਤ ਹੋ ਰਹੇ ਨੇ। ਇੰਗਲੈਂਡ ਦੇ ਅੰਦਰ ਹੀ ਇੱਕ ਜਾਰਜ ਫਰਨਾਂਡਜ਼ ਨਾਮ ਦਾ ਵਿਅਕਤੀ ਹੋਏ ਨੇ ਜੀ, ਉਹ ਸਵੇਰੇ ਸਵੇਰੇ ਸ਼ੇਵ ਕਰ ਰਹੇ ਸੀ ਅਤੇ ਉਹਨਾਂ ਦਾ ਮਾਸੂਮ ਬੱਚਾ ਉਹਨਾਂ ਨੂੰ ਵੇਖ ਰਿਹਾ ਸੀ। ਉਹਨੇ ਬੱਚੇ ਨੇ ਸਵਾਲ ਕੀਤਾ ਕਿ ਡੈਡੀ ਤੁਸੀਂ ਸ਼ੇਵ ਕਿਉਂ ਕਰਦੇ ਹੋ? ਉਸ ਜਾਰਜ ਫਰਨਾਂਡਜ਼ ਨੇ ਸੋਚਿਆ ਕਿ ਇਸ ਬੱਚੇ ਦੇ ਮਾਇੰਡ ਵਿੱਚ ਇਹ ਸਵਾਲ ਕਿਉਂ ਆਇਆ। ਉਹ ਇੱਥੋਂ ਦੇ ਹੋਏ, ਇੰਗਲੈਂਡ ਦੇ? ਇੰਗਲੈਂਡ ਦੇ ਹੋਏ ਜਾਰਜ ਫਰਨਾਂਡਜ਼। ਜਦੋਂ ਉਹਨਾਂ ਨੇ ਮਨ ਦੇ ਵਿੱਚ ਆਇਆ ਕਿ ਇਸ ਬੱਚੇ ਦੇ ਮਨ ਵਿੱਚ ਇਹ ਸਵਾਲ ਕਿਉਂ ਪੁੱਟ ਹੋਇਆ, ਉਸਨੇ ਫਿਰ ਸੋਚਿਆ ਕਿ ਮੈਨੂੰ ਰੋਜ਼ ਸ਼ੇਵ ਕਰਦੇ ਨੂੰ ਦੇਖਦਾ ਅਤੇ ਮੈਂ 15 ਮਿੰਟ ਰੋਜ਼ ਸ਼ੇਵ ਕਰਨ 'ਤੇ ਲਾਉਂਦਾ ਜੀ, ਅਤੇ ਜੇ ਜ਼ਿੰਦਗੀ ਦੇ ਵਿੱਚ ਮੈਂ 60 ਸਾਲ ਜੀਣਾ ਅਤੇ 15 ਮਿੰਟ ਦੇ ਹਿਸਾਬ ਦੇ ਨਾਲ ਮੈਂ 720 ਦਿਨ ਇਸੇ ਕੰਮ 'ਤੇ ਵੇਸਟ ਕਰ ਦਿੱਤੇ। ਉਸ ਮਾਸੂਮ ਬੱਚੇ ਦੇ ਸਵਾਲ ਦਾ ਇੰਨਾ ਅਸਰ ਹੋਇਆ ਜਾਰਜ ਫਰਨਾਂਡਜ਼ ਦੇ ਕਿ ਉਸਨੇ ਆਪਣਾ ਸ਼ੇਵ ਕਰਨ ਵਾਲਾ ਸਮਾਨ ਹੀ ਸੁੱਟ ਦਿੱਤਾ। ਵਾਹ ਜੀ ਵਾਹ, ਕਿ ਅੱਜ ਤੋਂ ਬਾਅਦ ਮੈਂ ਸ਼ੇਵ ਨਹੀਂ ਕਰਨੀ, ਨਹੀਂ ਕਰਾਂਗਾ। ਉਹ ਗੈਰ ਸਿੱਖ ਹੈ, ਸਿੱਖ ਪੰਜਾਬ ਦਾ ਰਹਿਣ ਵਾਲਾ ਨਹੀਂ, ਇੰਗਲੈਂਡ ਦਾ ਰਹਿਣ ਵਾਲਾ ਹੈ, ਪਰ ਅਸੂਲਨ ਤੌਰ 'ਤੇ ਜਦੋਂ ਪਰਮਾਤਮਾ ਦੀ ਬਣਾਈ ਹੋਈ ਰਚਨਾ ਨੂੰ ਵੇਖਿਆ ਉਹਦੇ ਤੋਂ ਪ੍ਰਭਾਵਿਤ ਹੋਇਆ, ਕਿਉਂਕਿ ਪਰਮਾਤਮਾ ਦੀ ਜਿਹਨੇ ਰਚਨਾ ਹੈ ਨਾ, ਪ੍ਰਕਿਰਤੀ ਹੈ, ਉਹਦੇ ਵਿੱਚ ਵੀ ਜਿਹੜਾ ਮਨੁੱਖ ਹੈ ਉਹਨੂੰ ਵਾਹਿਗੁਰੂ ਨੇ ਬੜੇ ਸੁੰਦਰ ਢੰਗ ਦੇ ਨਾਲ ਸ਼ਿੰਗਾਰਿਆ ਹੈ। ਜਿਵੇਂ ਸ਼ੇਰ ਨੂੰ ਵਾਹਿਗੁਰੂ ਨੇ ਵਾਲ ਦਿੱਤੇ ਨੇ, ਸ਼ੇਰ ਨੂੰ ਨਹੀਂ ਦਿੱਤੇ। ਕੁੱਕੜ ਦੇ ਸਿਰ ਦੇ ਉੱਪਰ ਕਲਗੀ ਲਾਈ ਹੈ, ਕੁੱਕੜੀ ਨੂੰ ਨਹੀਂ ਲਾਈ। ਮੋਰ ਦੇ ਸਿਰ ਤੇ ਕਲਗੀ, ਮੋਰਨੀ ਦੇ ਨਹੀਂ ਲਾਈ। ਹਾਂਜੀ, ਇਸੇ ਤਰ੍ਹਾਂ ਮਨੁੱਖ ਨੂੰ ਦਾੜੀ ਨਾਲ ਸ਼ਿੰਗਾਰਿਆ ਹੈ ਔਰ ਇਸਤਰੀ ਦੇ ਮੂੰਹ ਦੇ ਉੱਪਰ ਦਾੜੀ ਨਹੀਂ ਲਾਈ। ਤੋ ਪ੍ਰਕਿਰਤੀ ਦੇ ਅੰਦਰੋਂ ਵੀ ਸਾਨੂੰ ਇਹ ਉਦਾਹਰਣਾਂ ਮਿਲਦੀਆਂ ਨੇ। ਮਾਲਕ ਪਰਮੇਸ਼ਰ ਨੇ ਸਾਜਿਆ ਨਾ ਇਨਸਾਨ ਨੂੰ, ਹਾਂਜੀ, ਇਹੋ ਜਿਹਾ ਉਹਨੂੰ ਚਾਹੀਦਾ ਸੀ, ਉਹਨੇ ਉਹੋ ਜਿਹਾ ਹੀ ਸਾਜਿਆ। ਅਤੇ ਕੇਸਾਂ ਦੀ ਮਹਾਨਤਾ ਤਾਂ ਹੁਣ ਵੇਖੋ, ਹਜ਼ਰਤ ਮੁਹੰਮਦ ਜੀ ਦਾ ਵੀ ਇੱਕ ਕੇਸ ਗੁੰਮ ਹੋ ਗਿਆ ਸੀਗਾ ਅਤੇ ਕਿੰਨਾ ਉਹਦੇ ਬਾਰੇ ਮਤਲਬ ਕਿ ਰੌਲਾ ਪਿਆ ਵੀ ਇਹਨਾਂ ਦੀ ਮਹਾਨਤਾ ਬਾਰੇ ਵੇਖੋ। ਜੇ ਸਤਿਗੁਰੂ ਜੀ ਨੇ ਖਾਲਸਾ ਪੰਥ ਸਾਜਿਆ ਅਤੇ ਉਸ ਤਖ਼ਤ ਦਾ ਨਾਮ ਹੀ ਕੇਸ ਗੜ ਰੱਖਿਆ, ਕਿਉਂ ਜੀ? ਬਿਲਕੁਲ ਵੀਰ ਜੀ, ਬੜਾ ਸੁੰਦਰ ਕਿਸੇ ਕਵੀ ਨੇ ਲਿਖਿਆ ਹੈ, ਉਹ ਕਹਿੰਦਾ ਹੈ ਕਿ ਹੈ ਕੇਸਗੜ੍ਹ ਦਾ ਵਾਸਤਾ, ਸੁਣਿਓ ਇਹ ਕੇਸਾਂ ਵਾਲਿਓ, ਦਸ਼ਮੇਸ਼ ਦੀ ਇਸ ਦਾਤ ਨੂੰ ਸੰਭਾਲਿਓ ਸੰਭਾਲਿਓ। ਇਹ ਕੇਸ ਨੇ ਜੋ ਕੁਦਰਤੀ ਅਤੇ ਜਿਸਮ ਦਾ ਇੱਕ ਅੰਗ ਨੇ, ਜਨਮ ਤੋਂ ਲੈ ਕੇ ਮਰਨ ਤੱਕ ਰਹਿੰਦੇ ਹੀ ਸਦਾ ਹੀ ਸੰਗ ਨੇ। ਹੈ ਕੇਸਗੜ੍ਹ ਦਾ ਵਾਸਤਾ, ਸੁਣਿਓ ਇਹ ਕੇਸਾਂ ਵਾਲਿਓ, ਦਸ਼ਮੇਸ਼ ਦੀ ਇਸ ਦਾਤ ਨੂੰ ਸੰਭਾਲਿਓ ਸੰਭਾਲਿਓ। ਜਿਵੇਂ ਵੀਰ ਜੀ ਆਪ ਜੀ ਨੇ ਕਿਹਾ ਨਾ ਕਿ ਇੱਕ ਕੇਸ ਤੋਂ ਇੰਨਾ ਰੌਲਾ ਪਿਆ, ਪੀਰ ਬੁੱਧੂ ਸ਼ਾਹ ਜਿਨ੍ਹਾਂ ਦਾ ਆਪਾਂ ਇਤਿਹਾਸ ਵਿੱਚ ਨਾਮ ਪੜ੍ਹਦੇ ਹਾਂ, ਵਾਹ ਜੀ ਵਾਹ, ਦੇਖੋ ਕਿੰਨੀ ਉਹਨਾਂ ਦੀ ਗੁਰੂ ਘਰ ਪ੍ਰਤੀ ਘਾਲਣਾ ਹੈ, ਸੇਵਾ ਹੈ, ਪੁੱਤਰ ਵੀ ਸ਼ਹੀਦ ਕਰਵਾ ਲਏ, ਸੇਵਕ ਵੀ ਸ਼ਹੀਦ ਕਰਵਾਏ ਸੀ ਪੀਰ ਬੁੱਧੂ ਸ਼ਾਹ। 4 ਪੁੱਤਰ ਉਹਨਾਂ ਦੇ ਜੰਗ ਦੇ ਵਿੱਚ ਲੜੇ ਸੀ ਗੁਰੂ ਗੋਬਿੰਦ ਸਿੰਘ ਜੀ ਨਾਲ, ਭੰਗਾਣੀ ਦੇ ਜੰਗ ਦੇ ਅੰਦਰ 700 ਮਰੀਦ ਸੀ ਟੋਟਲ। ਔਰ ਜਦੋਂ ਇਹ ਸ਼ਹਾਦਤ ਦੇ ਜਾਮ ਪੀ ਜਾਂਦੇ ਨੇ ਨਾ, 4 ਪੁੱਤਰ, ਹਾਂਜੀ, 700 ਮਰੀਦ, 700 ਮਰੀਦ ਵਿੱਚੋਂ ਸਾਰੇ ਨਹੀਂ ਸ਼ਹੀਦ ਹੁੰਦੇ, ਉਹਨਾਂ ਵਿੱਚੋਂ 2 ਪੁੱਤਰ ਸ਼ਹੀਦ ਹੁੰਦੇ ਆ ਅਤੇ ਕੁਝ ਮਰੀਦ ਸ਼ਹੀਦ ਹੁੰਦੇ ਆ। ਸ਼ਹੀਦ ਹੁੰਦੇ, ਠੀਕ ਹੈ ਜੀ। ਅਤੇ ਜਦੋਂ ਗੁਰੂ ਸਾਹਿਬ ਜੀ ਪ੍ਰਸੰਨ ਹੋ ਕੇ ਕਹਿੰਦੇ ਆ ਕਿ ਪੀਰ ਬੁੱਧੂ ਸ਼ਾਹ ਕੁਛ ਮੰਗੋ, ਤੇ ਉਹ ਸਤਿਗੁਰੂ ਜੀ ਨੂੰ ਕਹਿੰਦੇ ਨੇ ਕਿ ਆਹ ਜਿਹੜਾ ਤੁਸੀਂ ਹੁਣ ਕੇਸਾਂ ਨੂੰ ਕੰਘਾ ਕੀਤਾ ਨਾ, ਇਹ ਮੇਰੀ ਸਮੇਤ ਕੇਸਾਂ ਦੇ ਕੰਘਾ ਦੇ ਦਿਓ। ਕਿੱਡੀ ਵੱਡੀ ਉਹਨਾਂ ਨੂੰ ਕਦਰ ਸੀ ਕੇਸਾਂ ਦੀ। ਬਿਲਕੁਲ, ਕਿਉਂਕਿ ਭਾਈ ਨੰਦ ਲਾਲ ਜੀ ਨੇ ਵਚਨ ਕਿਹਾ ਵੀ ਆ ਕਿ ਦੀਨ ਦੁਨੀਆਂ ਦਰ ਕਮੰਦੇ ਆਪਰੀ ਰੁਖਸਾਰੇ ਮਾਂ, ਹਰ ਦੋ ਆਲਮ ਕੀਮਤ ਜਕ ਤਾਰ ਮੂਏ ਜਾਰੇ ਮਾਂ। ਕਹਿੰਦੇ ਇੱਕ ਤਾਰ ਦਾ ਮੁੱਲ, ਇੱਕ ਵਾਲ ਦਾ ਮੁੱਲ 2 ਜਹਾਨ, ਉਹ ਵੀ ਥੋੜਾ। ਵਾਹਿਗੁਰੂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੇਸਾਂ ਦੇ ਬਾਰੇ ਭਾਈ ਨੰਦ ਲਾਲ ਜੀ ਨੇ ਵਚਨ ਕਿਹਾ। ਤੇ ਕਹਿੰਦੇ ਜਦੋਂ ਘਰੇ ਆਇਆ
ਅਤੇ ਪੀਰ ਬਿੱਧੂ ਸ਼ਾਹ ਦੇ ਘਰੋਂ ਨਸੀਰਾਂ ਕਹਿਣ ਲੱਗੀ ਵੀ ਤੂੰ ਕਿੱਥੇ ਪੁੱਤ ਸ਼ਹੀਦ ਕਰਾਇਆ, ਕੀ ਕਰਾਇਆ? ਕਹਿੰਦੇ ਜਦੋਂ ਉਹਦੀ ਝੋਲੀ ਵਿੱਚ, ਕਹਿੰਦੇ ਝੋਲੀ ਕਰ ਕੰਘਾ ਪਾਇਆ, ਉਸ ਕੰਘੇ 'ਚ ਉਹ ਜਿਹੜੇ ਸ਼ਹੀਦ ਹੋਏ ਪੁੱਤ ਅਤੇ ਉਹ ਜਿੰਨੇ ਵੀ ਸੀ ਮਰੀਦ, ਉਹਨਾਂ ਦੇ ਦਰਸ਼ਨ ਹੋਏ ਅਤੇ ਉਹਦਾ ਸਿਰ ਝੁੱਕ ਗਿਆ ਸੀ। ਬਿਲਕੁਲ ਵੀਰ ਜੀ, ਹਾਂਜੀ, ਇਸ ਤਰ੍ਹਾਂ ਦੀਆਂ ਇਹ ਦਰਵੇਸ਼ ਆਤਮਾਵਾਂ ਹੋਈਆਂ ਨੇ ਜਿਨ੍ਹਾਂ ਨੇ ਸਾਰਾ ਆਪਣਾ ਵਾਰ ਕੇ ਵੀ ਗੁਰੂ ਸਾਹਿਬ ਤੋਂ ਇਸ ਦੀਆਂ ਅਨਮੋਲ ਦਾਤਾਂ ਲਈਆਂ। ਅਤੇ ਅੱਜ ਮੈਂ ਸੰਸਾਰ ਦੇ ਪ੍ਰਾਣੀਆਂ ਨੂੰ ਕਹਿਣਾ ਚਾਹਾਂਗਾ ਕਿ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਇਹ ਕੇਸ ਸਜਾਉਣ ਨਾਲ ਲੋਕ ਸਾਨੂੰ ਰਿਸਪੈਕਟ ਦਿੰਦੇ ਨੇ, ਸਰਦਾਰ ਜੀ ਕਹਿੰਦੇ ਨੇ, ਉੱਥੇ ਇਹਦੇ ਹੋਰ ਬੜੇ ਫਾਇਦੇ ਨੇ ਸਾਇੰਟੀਫਿਕ। ਹਾਂਜੀ, ਉਹ ਵੀ ਦੱਸ ਦਿਓ ਥੋੜ੍ਹਾ ਜਿਹਾ ਕੁਛ। ਦੇਖੋ, ਜਦੋਂ ਅਸੀਂ ਕੇਸ ਰੱਖ ਲੈਂਦੇ ਹਾਂ ਅਤੇ ਸਾਨੂੰ ਬਿਮਾਰੀਆਂ ਨਹੀਂ ਲੱਗਦੀਆਂ, ਠੀਕ ਹੈ ਜੀ। ਆਪ ਜੀ ਹੁਣ ਮੈਨੂੰ ਪੁੱਛ ਸਕਦੇ ਹੋ ਕਿ ਬਿਮਾਰੀਆਂ ਕਿਉਂ ਨਹੀਂ ਲੱਗਦੀਆਂ? ਹਾਂ, ਠੀਕ ਹੈ। ਹਾਂ, ਕਾਰਨ ਇਹਦਾ ਹੈ ਇਹ ਹੈ ਕਿ ਜਦੋਂ ਅਸੀਂ ਕੇਸ ਨਹੀਂ ਕਟਾਵਾਂਗੇ, ਨਾ ਤਾਂ ਸਾਨੂੰ ਨਾਈ ਦੀ ਗੰਦੀ ਕੁਰਸੀ 'ਤੇ ਬੈਠਣਾ ਪੈਣਾ, ਨਾ ਉਸਦੀ ਗੰਦੀ ਸੀਜ਼ਰ ਨੇ ਸਾਡੇ ਕੇਸਾਂ ਨੂੰ ਟੱਚ ਕਰਨਾ। ਹੋ ਸਕਦਾ ਹੈ ਕਿ ਜਿਹੜਾ ਪਹਿਲਾਂ ਕੇਸ ਕਟਾ ਕੇ ਗਿਆ ਉਹਦੀ ਕੋਈ ਬਿਮਾਰੀਆਂ ਲੱਗੀਆਂ ਹੋਣ। ਬਿਲਕੁਲ ਠੀਕ, ਉਹ ਕਿਹੜਾ ਮਾਜਦੇ ਆ ਉਹਨਾਂ ਨੂੰ? ਬਿਲਕੁਲ, ਉਹ ਸਾਫ਼ ਤਾਂ ਕਰਦੇ ਨਹੀਂ ਅਤੇ ਉਹ ਘਰੋਂ ਤਾਂ ਕੇਸ ਕਟਾਉਣ ਵਾਸਤੇ ਗਿਆ ਸੀ ਅਤੇ ਲੈ ਕੇ ਆ ਗਿਆ ਬਿਮਾਰੀਆਂ। ਬਿਮਾਰੀਆਂ, ਹਾਂ। ਤਾਂ ਗੁਰੂ ਸਾਹਿਬ ਦੀ ਇਹ ਬਖਸ਼ਿਸ਼, ਜਦੋਂ ਅਸੀਂ ਸਿਰ 'ਤੇ ਦਸਤਾਰ ਸਜਾ ਲੈਂਦੇ ਹਾਂ, ਕੇਸ ਰੱਖ ਲੈਂਦੇ ਹਾਂ, ਅਤੇ ਸਾਨੂੰ ਬਿਮਾਰੀਆਂ ਨਹੀਂ ਲੱਗਦੀਆਂ। ਹੋਰ ਲਾਭ ਨੇ ਇਹਦੇ ਕੇਸਾਂ ਦੇ ਕਿ ਜਦੋਂ ਅਸੀਂ ਦਸਤਾਰ ਸਜਾਉਂਦੇ ਹਾਂ ਜਾਂ ਕੇਸ ਰੱਖਦੇ ਹਾਂ, ਫਿਰ ਜੇ ਸਾਡਾ ਸਮਾਂ ਬਚ ਜਾਂਦਾ ਜੀ। ਜਿਵੇਂ ਮੈਂ ਆਪ ਜੀ ਨੂੰ ਦੱਸਿਆ ਕਿ ਜਾਰਜ ਫਰਨਾਂਡਜ਼ ਕਹਿੰਦਾ ਕਿ 720 ਦਿਨ ਜ਼ਿੰਦਗੀ ਦੇ ਮੈਂ ਇਸੇ ਕੰਮ 'ਤੇ ਵੇਸਟ ਕਰ ਦਿੱਤੇ, ਲਾਭ ਕੁਝ ਵੀ ਨਹੀਂ। ਅਤੇ 720 ਦਿਨ, ਹਾਂਜੀ, 60 ਸਾਲ ਜੀਣਾ ਹੈ, ਇਉਂ ਕਹਿ ਲਓ ਵੀ 2 ਸਾਲ, 2 ਸਾਲ ਦੇ ਕਰੀਬ। ਤੋ ਇਸ ਤਰ੍ਹਾਂ ਕੇਸਾਂ ਦੇ ਬੈਨੀਫਿਟ, ਲਾਭ ਬੜੇ ਨੇ ਕਿ ਜਦੋਂ ਅਸੀਂ ਕੇਸ ਸਜਾਉਂਦੇ ਹਾਂ ਜਾਂ ਸਿਰ ਦੇ ਉੱਪਰ ਦਸਤਾਰ ਸਜਾਉਂਦੇ ਹਾਂ, ਅਸੀਂ 60 ਤੋਂ ਵੱਜ ਜਾਂਦੇ ਹਾਂ। ਮੇਰੇ ਸਾਹਮਣੇ ਦੀ ਘਟਨਾ ਹੈ, ਜਦੋਂ ਮੈਂ ਸ੍ਰੀ ਦਰਬਾਰ ਸਾਹਿਬ ਤੋਂ ਕਥਾ ਕਰਨ ਵਾਸਤੇ ਜਲੰਧਰ ਨੂੰ ਜਾ ਰਿਹਾ ਸੀ, ਰਸਤੇ ਦੇ ਵਿੱਚ ਭਗਤ ਪੂਰਨ ਸਿੰਘ ਜੀ ਦਾ ਪਿੰਗਲਵਾੜਾ ਹੈ ਮਾਨਾ ਵਾਲੇ ਜੀ, ਉੱਥੇ ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਕਿ ਇੱਕ ਆਦਮੀ ਦਾ ਐਕਸੀਡੈਂਟ ਹੋਇਆ ਔਰ ਉਹਦਾ ਸਿਰ ਵੱਜਿਆ ਡਿਵਾਈਡਰ ਦੇ ਨਾਲ ਜੀ, ਉਹ ਮੇਰੀਆਂ ਅੱਖਾਂ ਦੇ ਸਾਹਮਣੇ ਤੜਫ ਤੜਫ ਕੇ ਮਰ ਗਿਆ। ਮੈਂ ਸੋਚਿਆ ਕਿ ਜੇ ਇਸ ਮਨੁੱਖ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਇਹ ਸਿਰ 'ਤੇ ਤਾਜ ਸਜਾਇਆ ਹੁੰਦਾ, ਦਸਤਾਰ ਸਜਾਈ ਹੁੰਦੀ ਅਤੇ ਦਸਤਾਰ ਨੇ ਇਹਦੀ ਸਿਕਿਉਰਿਟੀ ਕਰ ਦੇਣੀ ਸੀ ਔਰ ਸੱਟ ਤੋਂ ਬਚਾਅ ਹੋ ਜਾਣਾ ਸੀ। ਇਹ ਦੇਖੋ, ਸਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਜਿੰਨੇ ਵੀ ਸਾਨੂੰ ਦਿੱਤੇ ਨੇ ਕਕਾਰ, ਉਹਨਾਂ ਮਗਰ ਬੜੀ ਵੱਡੀ ਫਿਲਾਸਫੀ ਹੈ, ਡੂੰਘੀ ਫਿਲਾਸਫੀ ਹੈ। ਵੇਖੋ, ਕੋਈ ਵੀ ਰਾਜੇ ਮਹਾਰਾਜੇ ਤਾਜ ਸਜਾਉਂਦੇ ਸੀ, ਅੱਜ ਵੀ ਚਾਹੇ ਹਿੰਦੂ ਹੈ ਚਾਹੇ ਕੋਈ ਵੀ, ਜਦੋਂ ਵਿਆਹ ਦੇ ਸਮੇਂ ਉਸ ਲੜਕੇ ਦੇ ਦਸਤਾਰ ਸਜਾਈ ਜਾਂਦੀ ਹੈ। ਹਾਂਜੀ, ਅਕਸਰ ਉਹਦੇ ਪਿੱਛੇ ਕੋਈ ਕਾਰਨ ਸੀ ਨਾ, ਹਾਂਜੀ, ਵੀ ਰਾਜੇ ਮਹਾਰਾਜਿਆਂ ਦੇ ਵੀ ਇਹ ਸਜਾਈ ਜਾਂਦੀ ਸੀ। ਔਰੰਗਜ਼ੇਬ ਦੇ ਟਾਈਮ 'ਤੇ ਵੀਰ ਗੁਰਮੀਤ ਸਿੰਘ ਜੀ, ਹਾਂਜੀ, ਮਨਾਹੀ ਕੀਤੀ ਗਈ ਸੀ ਕਿ ਜਿਹੜਾ ਕੋਈ ਗੈਰ ਮੁਸਲਮਾਨ ਹੈ ਸਿਰ ਦੇ ਉੱਪਰ ਦਸਤਾਰ ਨਹੀਂ ਸਜਾ ਸਕਦਾ, ਹਾਂਜੀ, ਨਗਾਰਾ ਨਹੀਂ ਵਜਾ, ਨਗਾਰਾ ਨਹੀਂ ਵਜਾ ਸਕਦਾ, ਸ਼ਸਤਰ ਨਹੀਂ ਰੱਖ ਸਕਦਾ, ਘੋੜੇ ਦੀ ਸਵਾਰੀ ਨਹੀਂ ਕਰ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਦੇ ਵਿੱਚ ਇਹੋ ਜਿਹੀ ਸਪਿਰਟ ਭਰੀ, ਦੂਰੀਆਂ ਦਸਾਰਾਂ ਦਮਾਲੇ ਸਜਾਏ, ਕਿ ਦੂਰੀਆਂ ਦਸਤਾਰਾਂ ਸਜਾਉਣਗੇ ਮੇਰੇ ਸਿੰਘ, ਹਾਂਜੀ, ਸ਼ਸਤਰ ਵੀ ਰੱਖਣਗੇ, ਘੋੜਿਆਂ ਦੀ ਸਵਾਰੀ ਵੀ ਕਰਨਗੇ, ਸ਼ਸਤਰ ਵੀ ਰੱਖਣਗੇ। ਔਰ ਉਸੇ ਹੀ ਬਦੌਲਤ ਹੈ ਕਿ ਜਿਹੜਾ ਹਿੰਦੁਸਤਾਨ ਹੈ ਨਾ, ਇੱਥੋਂ ਦੀ ਹਾਲਾਤ ਇਹ ਸੀ ਕਿ ਹਮਰਾ ਕਾਮ ਹੈ ਤੋਲੇ ਤਕੜੀ, ਨੰਗੀ ਕਰਦ ਕਭੀ ਨਹੀਂ ਪਕੜੀ, ਚਿੜੀ ਉਡੇ ਡਰ ਸੇ ਮਰ ਜਾਊ, ਮੁਗਲੋਂ ਸੇ ਕੈਸੇ ਲੜ ਪਾਊ। ਗੁਰੂ ਗੋਬਿੰਦ ਸਿੰਘ ਨੇ ਉਹਨਾਂ ਦੇ ਵਿੱਚ ਆ ਸਪਿਰਟ ਭਾ ਦਿੱਤੀ ਕਿ ਚਿੜੀਓਂ ਸੇ ਮੈਂ ਬਾਜ ਤੜਾਊ, 1,25,000 ਸੇ ਏਕ ਲੜਾਊ, ਤਬੇ ਗੋਬਿੰਦ ਸਿੰਘ ਨਾਮ ਕਹਾ। ਕਿਆ ਨਹੀਂ ਕਰਕੇ ਵਿਖਾਇਆ, ਚਮਕੌਰ ਦੀ ਗੜੀ ਵਿੱਚ ਪ੍ਰਤੱਖ ਮਿਸਾਲ ਹੈ ਜੀ, 1,25,000 ਨਾਲ, ਹੁਣ ਇੱਕ ਪਾਸੇ 1,00,000, ਇੱਕ ਪਾਸੇ 5 ਸਿੰਘ ਜਾਂਦੇ, 1,25,000 ਹੀ ਆਉਂਦਾ ਇੱਕ ਨੂੰ। ਔਰ ਤੁਹਾਡੇ ਸਾਹਮਣੇ ਦੇਖੋ, ਅੰਦਰ ਕੇਵਲ 40 ਸਿੰਘ ਹੈ ਚਮਕੌਰ ਦੀ ਗੜੀ 'ਚ, ਬਾਹਰ 1,00,000 ਦਾ ਘੇਰਾ, ਪਰ ਨਾ ਸਿੰਘ ਉਹ ਡਰੇ ਨੇ ਅਤੇ ਨਾ ਉਹਨਾਂ ਹਥਿਆਰ ਸੁੱਟੇ ਨੇ, ਬਲਕਿ ਬੜੀ ਬਹਾਦਰੀ ਨਾਲ ਸਾਰਿਆਂ ਨੇ ਮੁਕਾਬਲਾ ਕੀਤਾ। ਗੁਰੂ ਗੋਬਿੰਦ ਸਿੰਘ ਨੇ ਜ਼ਫਰਨਾਮੇ 'ਚ ਲਿਖਿਆ ਵੀ ਹੈ ਕਿ ਹਮਾ ਖਾਰ 'ਚ ਮਰਦੀ ਕੁਨੰਦ ਕਾਰਜਾਰ, ਕਿ ਬਾਹਰ ਚਿਹਲ ਤਨ ਆਏਦਸ਼ ਬੇਸ਼ੁਮਾਰ। ਜਦੋਂ 40 ਸਿੰਘਾਂ ਦੇ ਉੱਪਰ ਬੇਮਸ਼ਾ ਸ਼ੁਮਾਰ 1,00,000 ਇਕੱਠੇ ਆ ਕੇ ਹਮਲਾ ਕਰ ਦੇਣ, ਉਹ ਵੀ ਭੁੱਖਣ ਭਾਣੇ ਜੀ, ਜਿਨ੍ਹਾਂ ਨੇ ਕਈ ਦਿਨਾਂ ਦਾ ਪ੍ਰਸ਼ਾਦਾ ਨਹੀਂ ਛਕਿਆ, ਪਰ ਕਿੰਨੀ ਬਹਾਦਰੀ ਦੇ ਨਾਲ ਲੜੇ, ਜੋ ਬਾਣੀ ਦੇ ਵਾਕਾਂ ਨੂੰ ਸੱਚ ਕਰਕੇ ਵਿਖਾ ਦਿੱਤਾ ਕਿ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ, ਜੋ ਲੜੇ ਦੀਨ ਕੇ ਹੇਤ।
ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ। ਚਾਹੇ ਆਪਾਂ ਇੱਥੋਂ ਦਾ ਲੈ ਲਈਏ ਚਾਹੇ ਇੰਡੀਆ ਦਾ ਲਾ ਲਈਏ, ਵੇਖੋ ਕਿੰਨੇ ਪ੍ਰਸੈਂਟ ਸਾਡੀਆਂ 80% ਤੋਂ ਵੱਧ ਕੁਰਬਾਨੀਆਂ ਕੇਵਲ ਸਿੱਖ ਹੀ ਦੇ ਕੇ ਅਤੇ ਮਤਲਬ ਕਿ ਉਹਨਾਂ ਨੇ ਵੇਖੋ ਦੇਸ਼ ਨੂੰ ਯਾਦ ਕਰਾਇਆ, ਕਿੰਨੀਆਂ ਕੁਰਬਾਨੀਆਂ ਮਤਲਬ ਕਿ ਉਹ ਅੱਜ ਵੀ ਕਿਤੇ ਵੀ ਕੋਈ ਲੜਾਈ ਹੋਵੇ ਕੁਛ ਵੀ ਹੋਵੇ ਸਭ ਤੋਂ ਮੂਹਰੇ ਸਿੱਖ ਹੋਣਗੇ। ਇਹ ਅੰਮ੍ਰਿਤ ਦੀ ਸ਼ਕਤੀ ਕਹਿ ਸਕਦੇ ਹਾਂ ਜੀ, ਜਿਹੜਾ ਆਪਣਾ ਪ੍ਰੋਗਰਾਮ ਹੈ ਨਾ ਸੋ ਅੰਮ੍ਰਿਤ ਗੁਰ ਤੇ ਪਾਇਆ ਜੀ, ਜਿਹੜਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਅੰਮ੍ਰਿਤ ਛਕ ਲੈਂਦਾ ਹੈ ਪੰਜ ਪਿਆਰੇ ਸਾਹਿਬਾਨ ਤੋਂ, ਉਹਦੇ ਬਾਰੇ ਇਤਿਹਾਸ ਵਿੱਚ ਵੀ ਲਿਖਿਆ ਹੈ ਕਿ ਮੁਰਸ਼ਦ ਇਨਕਾ ਵਲੀ ਪਇਓ ਹੈ, ਇਨਕੋ ਆਬੇ ਹਿਆਤ ਦਇਓ ਹੈ। ਵਾਹਿਗੁਰੂ। ਜਿਹੜਾ ਮੁਰਸ਼ਦ ਹੈ ਨਾ ਸਾਡਾ ਗੁਰੂ ਗੋਬਿੰਦ ਸਿੰਘ ਜੀ, ਉਹ ਇਹੋ ਜਿਹੇ ਹੋਏ ਨੇ, ਉਹਨਾਂ ਨੇ ਸਿੰਘਾਂ ਨੂੰ ਅੰਮ੍ਰਿਤ ਛਕਾ ਦਿੱਤਾ। ਗਜਬ ਅਸਰ ਹਮ ਤਿਸਕਾ ਦੇਖਾ, ਬੁਜਦਲ ਹੋਵਤ ਸ਼ੇਰ ਵਸੇਖਾ। ਜਿਹੜਾ ਕੋਈ ਇਹਨੂੰ ਛਕ ਲੈਂਦਾ ਹੈ ਉਹਦੇ ਵਿੱਚ ਵੀ ਸੂਰ ਬੀਰਤਾ ਆ ਜਾਂਦੀ ਹੈ। ਔਰ ਸਾਡੇ ਸਾਹਮਣੇ ਪ੍ਰਤੱਖ ਮਿਸਾਲ ਹੈ, ਮੈਨੂੰ ਇੰਗਲੈਂਡ ਦੀ ਧਰਤੀ 'ਤੇ ਆ ਕੇ ਇਸ ਗੱਲ ਦਾ ਮਾਣ ਵੀ ਹੋਇਆ ਕਿ ਜਦੋਂ ਸਾਰਾਗੜੀ ਦੀ ਜੰਗ ਹੋਈ ਹੈ, ਹਾਂਜੀ, ਅੰਗਰੇਜ਼ ਸਰਕਾਰ ਵੱਲੋਂ ਸਿੱਖ ਵੀਰ ਜਿਹੜੇ ਨੇ 21 ਸਿੰਘ ਲੜਾਈ ਲੜ ਰਹੇ ਨੇ ਸਾਰਾਗੜੀ ਦੇ ਵਿੱਚ, ਉਹਨਾਂ ਦੇ ਉੱਪਰ ਹਜ਼ਾਰਾਂ ਕਬਾਇਲੀਆਂ ਨੇ ਹਮਲਾ ਕਰ ਦਿੱਤਾ, ਪਰ ਉਹ ਸਿੰਘ ਡਰੇ ਨਹੀਂ, ਬੜੀ ਸੂਰਬੀਰਤਾ ਦੇ ਨਾਲ ਲੜਾਈ ਲੜੀ। ਇੱਕ ਇੱਕ ਸਿੰਘ ਸ਼ਹੀਦ ਹੁੰਦਾ ਗਿਆ ਔਰ ਸਾਰੇ ਦੇ ਸਾਰੇ ਸਿੰਘ ਸ਼ਹੀਦ ਹੋ ਗਏ। ਉਸ ਸਮੇਂ ਜਦੋਂ ਇਸ ਘਟਨਾ ਦਾ ਪਤਾ ਇੰਗਲੈਂਡ ਸਰਕਾਰ ਨੂੰ ਲੱਗਿਆ, ਇੱਥੇ ਜਿੱਥੇ ਆਪਾਂ ਬੈਠੇ ਹਾਂ ਅੱਜ ਜੀ ਜੀ, ਅਤੇ ਸਾਰੇ ਮੈਂਬਰ ਪਾਰਲੀਮੈਂਟ ਆਪਣੀਆਂ ਕੁਰਸੀਆਂ ਤੋਂ ਖੜ੍ਹੇ ਹੋ ਗਏ ਉਹਨਾਂ ਸਿੰਘਾਂ ਦਾ ਸਤਿਕਾਰ ਕਰਨ ਲਈ। ਵਾਹ ਜੀ ਵਾਹ। ਇਕੱਲਾ ਇੰਨਾ ਹੀ ਨਹੀਂ, ਖੜ੍ਹੇ ਹੋ ਕੇ ਕੁਰਸੀਆਂ ਤੋਂ ਉਹਨਾਂ ਨੇ ਉਸ ਸਮੇਂ ਦਾ ਸਭ ਨਾਲੋਂ ਵੱਡਾ ਐਵਾਰਡ ਜਿਹਨੂੰ ਕਹਿੰਦੇ ਸਨ ਇੰਡੀਅਨ ਆਰਡਰ ਆਫ ਮੈਰਿਟ, ਜਿਹੜਾ ਅੱਜ ਵਿਕਟੋਰੀਆ ਕ੍ਰਾਸ ਦੇ ਬਰਾਬਰ ਦਾ ਹੈ। ਵਾਹ ਜੀ ਵਾਹ। ਉਹ ਸਾਰਿਆਂ ਨੂੰ ਦਿੱਤਾ ਔਰ ਇੰਨੇ ਪ੍ਰਭਾਵਿਤ ਹੋਏ ਸਿੰਘਾਂ ਦੀ ਬਹਾਦਰੀ ਤੋਂ, ਕਹਿੰਦੇ ਕਿ ਇਹ ਸਿੰਘ ਇੰਨੇ ਸੂਰਬੀਰ ਨੇ, ਬਹਾਦਰ ਨੇ, ਆਪਣੀ ਜਨਰੇਸ਼ਨ ਨੂੰ ਵੀ ਇਹਨਾਂ ਬਾਰੇ ਦੱਸੀਏ, ਇੰਗਲੈਂਡ ਦੀਆਂ ਪਾਠ ਪੁਸਤਕਾਂ ਦੇ ਵਿੱਚ ਉਹਨਾਂ ਦਾ ਸਿਲੇਬਸ ਸ਼ਾਮਿਲ ਕਰ ਦਿੱਤਾ। ਇਹ ਸਾਰੀ ਕਿਹਦੀ ਬਦੌਲਤ ਹੈ ਜੀ? ਸੋ ਅੰਮ੍ਰਿਤ ਗੁਰ ਤੇ ਪਾਇਆ। ਵਾਹ ਜੀ ਵਾਹ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ। ਅੱਜ ਵੀ ਅੰਮ੍ਰਿਤਸਰ ਸਾਹਿਬ ਅੰਦਰ ਵੀ ਸਾਰਾਗੜੀ ਗੁਰਦੁਆਰਾ ਸਾਹਿਬ ਸੁਭਾਈਮਾਨ ਹੈ, ਹਾਂਜੀ, ਔਰ ਇਸੇ ਤਰੀਕੇ ਨਾਲ ਫਿਰੋਜ਼ਪੁਰ ਸ਼ਹਿਰ ਦੇ ਅੰਦਰ ਵੀ ਇੱਕ ਸਾਰਾਗੜੀ ਗੁਰਦੁਆਰਾ, ਹਾਂਜੀ, ਉਹਨਾਂ ਦੀ ਯਾਦ ਵਿੱਚ ਬਣਿਆ। ਵਾਹ ਜੀ ਵਾਹ। ਇਹ ਸਾਰਾ ਅੰਮ੍ਰਿਤ ਦੀ ਕਿਰਪਾ। ਵਾਹ ਜੀ ਵਾਹ। ਗਿਆਨੀ ਗਿਆਨ ਸਿੰਘ ਜੀ ਹੋਣਾ ਨੇ ਬੜਾ ਸੋਹਣਾ ਲਿਖਿਆ ਪੰਥ ਪ੍ਰਕਾਸ਼ ਦੇ ਵਿੱਚ, ਜ਼ਕਰੀਆ ਖਾਨ ਪੁੱਛਦਾ ਹੈ ਕਿ ਇਹਨਾਂ ਨੂੰ ਤਾਕਤ ਕਿੱਥੋਂ ਮਿਲਦੀ ਹੈ, ਠੀਕ ਹੈ, ਇਹ ਇੰਨੇ ਬਹਾਦਰ ਕਿਵੇਂ ਬਣ ਗਏ ਨੇ? ਹਾਂਜੀ। ਤੋ ਜ਼ਕਰੀਆ ਖਾਨ ਨੇ ਜਿਹੜਾ ਜਵਾਬ ਦਿੱਤਾ ਹੈ ਉਹ ਇਸ ਤਰ੍ਹਾਂ ਦਿੱਤਾ ਹੈ ਕਿ ਮੁਰਸ਼ਦ ਇਨਕਾ ਵਲੀ ਪਇਓ ਹੈ, ਇਨਕੋ ਆਬੇ ਹਿਆਤ ਦਇਓ ਹੈ। ਵਾਹ ਜੀ ਵਾਹ। ਗਜਬ ਅਸਰ ਹਮ ਤਿਸਕਾ ਦੇਖਾ, ਬੁਜਦਲ ਹੋਵਤ ਸ਼ੇਰ ਵਸੇਖਾ। ਵਾਹ ਜੀ ਵਾਹ। ਇਹ ਸ਼ੇਰ ਬਣ ਜਾਂਦੇ ਨੇ, ਜਿਹੜਾ ਕੋਈ ਛਕ ਲੈਂਦਾ ਅੰਮ੍ਰਿਤ ਨੂੰ ਉਹਨਾਂ ਅੰਦਰ ਬਹਾਦਰੀ ਦਾ ਗੁਣ ਆ ਜਾਂਦਾ ਹੈ। ਗਿਆਨੀ ਜੀ, ਜਿਵੇਂ ਹਰ ਧਰਮ ਦੇ ਵਿੱਚ ਹੀ ਵੇਖੋ ਜ਼ਰੂਰੀ ਹੈ ਗੁਰੂ ਵਾਲਾ ਬਣਨਾ, ਭਾਵੇਂ ਹਿੰਦੂ ਧਰਮ ਵਿੱਚ ਜਨੇਊ ਪਾਉਂਦੇ ਨੇ ਪਰ, ਮੁਸਲਮਾਨ ਧਰਮ ਦੇ ਵਿੱਚ ਵੀ ਚਲੋ ਨਮਾਜ਼ ਪੜ੍ਹਦੇ ਨੇ, ਪਰ ਸਿੱਖ ਧਰਮ ਵਿੱਚ ਇੱਕ ਵਿਸ਼ੇਸ਼ਤਾ ਹੈ, ਜਿਵੇਂ ਜਨੇਊ ਮਤਲਬ ਕਿ ਮਰਦ ਪਾ ਸਕਦਾ ਅਤੇ ਇਸਤਰੀ ਨਹੀਂ ਪਾ ਸਕਦੀ, ਹਾਂਜੀ, ਅਤੇ ਇਸੇ ਤਰ੍ਹਾਂ ਹੀ ਕੋਈ ਮਸਜਿਦ ਵਿੱਚ ਜਿਵੇਂ ਉਹ ਮਤਲਬ ਕਿ ਔਰਤ ਵਾਸਤੇ ਥੋੜ੍ਹਾ ਜਿਹਾ ਵਿਤਕਰਾਇਆ, ਪਰ ਸਿੱਖ ਧਰਮ ਵਿੱਚ ਬਰਾਬਰਤਾ ਦਿੱਤੀ ਗਈ ਹੈ। ਇਹ ਗੁਰੂ ਸਾਹਿਬ ਨੇ ਜੇ ਸਿੱਖ ਨੂੰ ਅੰਮ੍ਰਿਤ ਛਕਾਇਆ ਅਤੇ ਨਾਲ ਬਰਾਬਰ ਅਤੇ ਉਸ ਬੀਬੀ ਨੂੰ ਸ਼ਿਕਾਇਤ ਬਰਾਬਰਤਾ ਦਿੱਤੀ ਗਈ ਹੈ, ਫਿਰ ਵੀ ਅਸੀਂ ਕਿਉਂ ਇਹ ਸੋਚਦੇ ਹਾਂ ਵੀ ਸਾਡਾ ਜੀ ਸਾਨੂੰ ਲੋੜ ਨਹੀਂ, ਜਾਂ ਅਸੀਂ ਪਹਿਲੇ ਗੁਰੂ ਸਾਹਿਬਾਂ ਦੇ ਸਿੱਖ ਹਾਂ? ਕੀ ਗੁਰੂ ਨਾਨਕ ਸਾਹਿਬ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ ਦੋ ਸੀ? ਬਿਲਕੁਲ ਵੀਰ ਗੁਰਮੀਤ ਸਿੰਘ ਜੀ, ਉਹ ਇਹ ਜਿਹੜੇ ਬਹਾਨੇ ਨੇ ਨਾ, ਇਹ ਬਹਾਨੇ ਸਾਰਥਕ ਨਹੀਂ ਨੇ। ਹਾਂਜੀ। ਕਿਉਂਕਿ ਜਿਸ ਤਰ੍ਹਾਂ ਕਹਿੰਦੇ ਨੇ ਕਿ ਮਨ ਸਾਫ਼ ਹੋਣਾ ਚਾਹੀਦਾ ਹੈ, ਮਨ ਸਾਫ਼ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲੋਂ ਕਿਸੇ ਦਾ ਵੱਧ ਨਹੀਂ ਹੋ ਸਕਦਾ, ਨਹੀਂ ਹੋ ਸਕਦਾ, ਕਿਉਂਕਿ ਉਹਨਾਂ ਨੇ ਵੀ ਇਤਿਹਾਸ ਕਹਿੰਦਾ ਹੈ ਕਿ ਪੰਜਾਂ ਪਿਆਰਿਆਂ ਦੇ ਅੱਗੇ ਹੱਥ ਜੋੜ ਕੇ ਖਲੋ ਗਿਆ ਕਿ ਮੈਨੂੰ ਵੀ ਅੰਮ੍ਰਿਤ ਛਕਾਓ, ਠੀਕ ਹੈ, ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ। ਵਾਹ ਜੀ ਵਾਹ। ਉਹਨਾਂ ਨਾਲੋਂ ਮਨ ਸਾਡਾ ਵੱਧ ਸਾਫ਼ ਨਹੀਂ ਹੋ ਸਕਦਾ। ਦੂਸਰੀ ਗੱਲ, ਜਿਹੜਾ ਬਹਾਨਾ ਦਿੰਦੇ ਨੇ ਕਿ ਹੁਣ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਹਾਂ, ਉਹਨਾਂ ਕਿਹੜਾ ਅੰਮ੍ਰਿਤ ਛਕਾਇਆ ਸੀ, ਮੈਂ ਉਸੇ ਗੱਲ 'ਤੇ ਫਿਰ ਆਉਣਾ ਚਾਹੁੰਦਾ ਕਿ ਗੁਰੂ ਨਾਨਕ ਸਾਹਿਬ ਨੇ ਹੀ ਇਹ ਮਰਿਆਦਾ ਕਾਇਮ ਕਰ ਦਿੱਤੀ ਹੈ। ਜਿਵੇਂ ਇਤਿਹਾਸ ਵਿੱਚ ਅਸੀਂ ਪੜ੍ਹਦੇ ਹਾਂ ਕਿ ਪਿਛਲ ਰਾਤੀਂ ਜਾਗਣਾ, ਨਾਮ ਦਾਨ ਇਸ਼ਨਾਨ ਦੜਾਏ, ਜੀ, ਮਿੱਠਾ ਬੋਲੇ ਨਿਵ ਚੱਲੇ ਹੱਥੋਂ ਦੇ ਕੇ ਭਲਾ ਮਨਾਏ,
ਘਾਲ ਖਾਏ ਸੋ ਕਿਰਤ ਕਰੇ ਵੱਡਾ ਹੋਏ ਨਾ ਆਪ ਗਨਾਏ ਸਾਧ ਸੰਗਤ ਮਿਲ ਗਾਉਂਦੇ ਰਾਤ ਦੇਹ ਨਿਤ ਚਲ ਚਲ ਜਾਏ ਸ਼ਬਦ ਸੁਰਤ ਸਿਉ ਪਰਚਾ ਕਰੇ ਸਤਿਗੁਰ ਪਰਚੇ ਮਨ ਪਰਚਾਏ ਆਸਾ ਵਿੱਚ ਨਿਰਾਸ ਬੁਲਾਏ। ਸੋ ਗਿਆਨੀ ਜੀ ਬਹੁਤ ਅਜੇ ਆਪਾਂ ਇਹ ਵਿਸ਼ਾ ਰਹਿੰਦਾ ਅਗਲੇ ਐਪੀਸੋਡ 'ਚ ਪੂਰਾ ਕਰਦੇ ਹਾਂ। ਸੋ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਸਾਡੇ ਅਤਿ ਸਤਿਕਾਰਯੋਗ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ ਮੰਜੀ ਸਾਹਿਬ ਦੇ ਕਥਾਵਾਚਕ ਭਾਈ ਜਗਦੇਵ ਸਿੰਘ ਜੀ, ਗਿਆਨੀ ਜੀ ਜਿਹਨਾਂ ਜੀ ਐਂ ਕਹਿੰਦੇ ਆਪ ਜੀ ਨੂੰ ਬੜੇ ਵਿਸਾਰ ਦੇ ਨਾਲ ਦਰਸਾ ਰਹੇ ਸੀ ਵੀ ਸੋ ਅੰਮ੍ਰਿਤ ਗੁਰ 'ਤੇ ਪਾਇਆ ਕਿੰਨਾ ਜ਼ਰੂਰੀ ਹੈ ਸਿੱਖ ਵਾਸਤੇ। ਗੁਰੂ ਵਾਲਾ ਬਣਨਾ ਜੀ ਹਰ ਇਨਸਾਨ ਵਾਸਤੇ ਜ਼ਰੂਰੀ ਹੈ, ਆਪੋ ਆਪਣੇ ਧਰਮ ਵਿੱਚ ਪੱਕਾ ਹੋਵੇ। ਸੋ ਆਓ ਸਾਡੇ ਤੋਂ ਵਿਚਾਰਾਂ ਕਰਦੇ ਹੋਈਆਂ ਭੁੱਲਾਂ ਦੀ ਖਮਾ ਬਖਸ਼ੋ। ਆਪ ਜੀ ਨੇ ਵੀ ਜੀ ਅਜੇ ਤੱਕ ਗੁਰੂ ਵਾਲੇ ਨਹੀਂ ਬਣੇ, ਜ਼ਰੂਰ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ ਜੀ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਧੰਨ ਮਾਤਾ ਸਾਹਿਬ ਗੁਰ ਦੇ ਪੁੱਤਰੋ ਧੀਓ, ਅੰਮ੍ਰਿਤਧਾਰੀ ਹੋ ਕੇ ਜੀਓ, ਹੋਈਆਂ ਭੁੱਲਾਂ ਦੀ ਖਮਾ ਬਖਸ਼ੋ ਜੀ। ਤੁਸੀਂ ਦੇਖਦੇ ਰਹੋ ਅਕਾਲ ਚੈਨਲ, ਸੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।